ਅੰਮ੍ਰਿਤਸਰ ਤੋਂ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਦੁਆਰਾ ਕੱਲ ਨਾਮਕਰਨ ਪੱਤਰ ਭਰੇ ਗਏ ਅਤੇ ਉਸ ਤੋਂ ਬਾਅਦ ਅੱਜ ਉਹਨਾਂ ਦੁਆਰਾ ਅੰਮ੍ਰਿਤਸਰ ਦੀ ਭਾਜਪਾ ਦੀ ਲੋਕਲ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਰਦੀਪ ਪੁਰੀ ਨੇ ਕਿਹਾ ਕਿ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਲਈ ਹਰ ਇੱਕ ਸੀਟ ਤੇ ਜਿੱਤ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਨੋਮੀਨੇਸ਼ਨ ਪੇਪਰ ਫਾਈਲ ਕਰਨ ਦੇ ਬਾਅਦ ਸਾਡੀ ਕੱਲ ਸ਼ਾਮੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਨਾਲ ਇੱਕ ਆਰਗੇਨਾਈਜੇਸ਼ਨਲ ਮੀਟਿੰਗ ਹੋਈ। ਹੁਣ ਸ਼ਵੇਤ ਜੀ ਨੂੰ ਲੈ ਕੇ ਦੀ ਅਧਿਅਕਸ਼ਤਾ 'ਚ ਚੀਨਾ ਜੀ ਦੇ ਨਾਲ, ਅਨਿਲ ਜੋਸ਼ੀ ਜੀ ਦੇ ਨਾਲ ਹੁਣ ਇਹ ਆਰਗੇਨਾਈਜੇਸ਼ਨਲ ਮੀਟਿੰਗ ਕਰਾਂਗੇ ਅਤੇ ਅੱਜ ਸ਼ਾਮ ਤੱਕ ਮੈਨੂੰ ਪੂਰੀ ਉਮੀਦ ਹੈ ਕਿ ਚੁਣਾਵ ਵਾਸਤੇ ਜਿਹੜਾ ਉਹਦੀ ਸਟਰੈਟਜੀ ਡੇਲੀ ਪ੍ਰੋਗਰਾਮ ਅਸੀਂ ਫਾਈਨਲਾਈਜ਼ ਕਰਕੇ ਤੁਹਾਨੂੰ ਅਸੀਂ ਡੇਲੀ ਬੇਸਿਸ 'ਤੇ ਮੇਰੀਆਂ ਕਿਹੜੀਆਂ ਇੰਗੇਜਮੈਂਟਸ ਰਹਿਣੀਆਂ ਨੇ ਅਸੀਂ ਤੁਹਾਨੂੰ ਨਾਲ ਨਾਲ ਦੱਸੀ ਜਾਵਾਂਗੇ ਇੱਕ ਦਿਨ ਪਹਿਲੇ। ਹੋਰ ਅਗਰ ਤੁਹਾਨੂੰ ਕੋਈ ਸਵਾਲ ਹੋਣ, ਕੋਈ ਡਾਊਟਸ ਹੋਣ ਤਾਂ ਸ਼ਵੇਤ ਜੀ ਇੰਡੀਕੇਟ ਕਰਨਗੇ ਤੁਸੀਂ ਕਿਸ ਨੂੰ ਕੋਂਟੈਕਟ ਕਰ ਸਕਦੇ ਹੋ। ਹੁਣ ਮੈਂ ਸੁਜੈਸਟ ਕਰਾਂਗਾ ਅਸੀਂ ਆਪਣੀ ਆਰਗੇਨਾਈਜੇਸ਼ਨਲ ਮੀਟਿੰਗ ਕਰ ਲਈਏ, ਉਹਦੇ ਬਾਅਦ ਅਗਰ ਤੁਹਾਡੇ ਕੋਲ ਕੋਈ ਕੁਐਸਚਨਸ ਹੋਣ ਤਾਂ ਅਸੀਂ ਤੁਹਾਨੂੰ ਬੁਲਾ ਲਵਾਂਗੇ।